Welcome back to all my viewers on my YouTube channel. Today I am making a session for revision notes related to the lesson number first of the class 8th subject social studies geography part. The name of the lesson is resource and types of conservation. Before starting this session, I will wish you happy new year to all my students and viewers to supporting me, and also want to your support to achieving by 2k subscriber on my YouTube channel, and you also supporting me to make these sessions and also make there some more interesting session. You also give their views regarding my revision notes when you have been facing any kind of problem, so you also will tell upon my comment box, so I will make this session for you for your related to your problems. Now we are starting from this session. Start from this. The making of the list of the hydroelectric producing dams related to the Punjab, and note down to the names of the rivers on these dams are situated and name of the district in these dams has been constructed. ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ, ਕਈ ਕਈ ਵਾਰ ਬਹੁਤ ਵਾਰ ਕੁਐਸਚਨਸ ਆ ਚੁੱਕੇ ਨੇ ਵੀ ਸਾਡੇ ਕਿਹੜੇ ਕਿਹੜੇ ਡੈਮ ਕਿੱਥੇ ਕਿੱਥੇ ਨੇ ਅਤੇ ਕਿਹੜੀ ਰਿਵਰਸ ਦੇ ਉੱਤੇ ਨੇ, ਅਤੇ ਇਹ ਜ਼ਿਆਦਾਤਰ ਕੰਪੀਟੀਟਿਵ ਇਗਜ਼ਾਮ ਐਜ਼ ਵੈਲ ਐਜ਼ ਜਿਹੜੇ ਤੁਹਾਡੇ ਹੁਣ 8th ਦੇ ਫਾਈਨਲ ਇਗਜ਼ਾਮਸ ਦੀ ਪ੍ਰਪੇਰੇਸ਼ਨ ਚੱਲ ਰਹੀ ਹੈ ਮੇਰੇ ਦੁਆਰਾ ਚਲਾ ਰਹੇ ਹਾਂ, ਅਤੇ ਤੁਹਾਨੂੰ ਹੁਣੇ ਇੱਕ ਲੇਟੈਸਟ ਵੀਡੀਓ ਮੈਂ ਅਪਲੋਡ ਕੀਤੀ ਹੈ ਜਿਹਦੇ ਵਿੱਚ ਸਾਨੂੰ CBSE ਦੇ ਡੇਟ ਸ਼ੀਟ ਦੇ ਬਾਰੇ ਪਤਾ ਲੱਗਿਆ ਵਾ, ਤਾਂ ਇਹਦੇ ਨਾਲ ਹੀ ਮੈਂ ਤੁਹਾਨੂੰ ਪੰਜਾਬ ਬੋਰਡ ਦੀ ਡੇਟ ਸ਼ੀਟ ਦਾ ਵੀ ਹਿੰਟ ਦਿੱਤਾ ਸੀ, ਤਾਂ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ, ਅਤੇ ਉਹਦੇ ਵੀਡੀਓ ਦਾ ਲਿੰਕ ਜਿਹੜਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਤੁਸੀਂ ਉਹਨੂੰ ਦੇਖਣਾ ਵਾ। ਨਾਓ ਹੁਣ ਅਸੀਂ ਸਟਾਰਟ ਕਰਦੇ ਹਾਂ। ਦੇਖੋ ਇਹ ਤੁਸੀਂ ਡੈਮ ਕੁਝ ਕੁ ਯਾਦ ਰੱਖਣੇ ਆ, ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਇਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਬਹੁਤ ਜ਼ਿਆਦਾ ਵਾਰ ਇਗਜ਼ਾਮ ਆ ਜਾਂਦੇ ਆ, MCQ ਬਣ ਕੇ ਆ ਸਕਦੇ ਆ, ਜਾਂ ਤੁਹਾਨੂੰ ਫਿਲਿੰਗ ਦੀ ਬਲੈਂਕਸ ਆ ਸਕਦੀਆਂ ਜਾਂ ਟਰੂ ਫਾਲਸ ਆ ਸਕਦੇ ਆ, ਜਾਂ ਇੱਕ ਵਨ ਮਾਰਕਸ ਦਾ ਕੁਐਸਚਨ ਆ ਸਕਦਾ ਵਾ, ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਵਾ। ਜਿਵੇਂ ਫਸਟ ਹੈਗਾ ਡੈਮ ਭਾਖੜਾ, ਸਭ ਨੂੰ ਪਤਾ ਵੀ ਇਹ ਕਿੱਥੇ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ, ਡਿਸਟ੍ਰਿਕਟ ਪੈਂਦਾ ਵਾ ਹਿਮਾਚਲ ਪ੍ਰਦੇਸ਼ ਦੇ ਵਿੱਚ, ਅਤੇ ਕਿਹੜੀ ਰਿਵਰਸ ਦੇ ਉੱਤੇ ਆ, ਸਤਲੁਜ ਦੇ ਉੱਤੇ ਆ, ਯਾਦ ਰੱਖਣਾ ਵਾ। ਨੈਕਸਟ ਹੈਗਾ ਵਾ ਗੰਗੋਰਵਾਲ ਨੰਗਲ, ਇਹ ਹੈ ਚਨਾਬ ਜੇਹਲਮ, ਚਨਾਬ ਸੋਰੀ ਚਨਾਲ ਦੇ ਉੱਤੇ ਆ, ਰੋਪੜ ਦੇ ਉੱਤੇ ਆ। ਨੈਕਸਟ ਹੈਗਾ ਕੋਟਾਲ ਨੰਗਲ, ਇਹ ਵੀ ਉਹ ਸੇਮ ਹੀ ਰਿਵਰ ਦੇ ਉੱਤੇ ਆ, ਅਤੇ ਕਿੱਥੇ ਆ, ਰੋਪੜ ਦੇ ਉੱਤੇ, ਜਾਣੀ ਕਿ ਰੋਪੜ ਦੇ ਵਿੱਚ ਹੁਣ ਦੋ ਸਾਡੇ ਜਿਹੜੇ ਨੇ ਡੈਮਸ ਬਣੇ ਹੋਏ ਨੇ। ਉਸ ਤੋਂ ਬਾਅਦ ਹੈ ਪਲੁੰਗ ਡੈਮ, ਇਹ ਬਿਆਸ ਰਿਵਰ ਦੇ ਉੱਤੇ ਆ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਉਸ ਤੋਂ ਬਾਅਦ ਹੈ ਥੀਨਿੰਗਸ ਡੈਮ, ਇਹ ਕਿੱਥੇ ਆ, ਰਾਵੀ ਰਿਵਰ ਦੇ ਉੱਤੇ ਗੁਰਦਾਸਪੁਰ ਦੇ ਵਿੱਚ। ਨੈਕਸਟ ਹੈਗਾ ਵਾ ਮੁਖਲੇਰਨ, ਬਿਆਸ ਦੇ ਉੱਤੇ ਹੀ ਆ, ਕਿੱਥੇ ਆ, ਹੁਸ਼ਿਆਰਪੁਰ ਦੇ ਵਿੱਚ। ਹੁਣ ਹੁਸ਼ਿਆਰਪੁਰ ਦੇ ਵਿੱਚ ਦੋ ਹੋ ਚੁੱਕੇ ਆ, ਪੋਂਗਲਸ ਅਤੇ ਮਖੇਰਨ, ਇਹ ਯਾਦ ਰੱਖਣੇ ਆ ਤੁਸੀਂ। ਅਤੇ ਇਸ ਤੋਂ ਬਾਅਦ ਸਟਾਰਟ ਕਰਦੇ ਆ, ਦੇਖੋ ਜਿਹੜੇ ਓਬਜੈਕਟਿਵ ਟਾਈਪ ਕੁਐਸਚਨ ਆਨਸਰ ਜਿਹੜੇ ਇਸ ਚੈਪਟਰ ਦੇ ਵਿੱਚੋਂ ਬਣਦੇ ਆ। ਫਸਟ ਕੁਐਸਚਨ ਹੈਗਾ ਵਟ ਆਰ ਦੀ ਆ ਐਬੋਟਿਕ ਸੋਰੀ ਬਾਇਓਟਿਕ ਰਿਸੋਰਸ, ਬਾਇਓਟਿਕ ਰਿਸੋਰਸ ਤੁਸੀਂ ਸਮਝਣਾ ਪਹਿਲਾਂ, ਬਾਇਓਟਿਕ ਰਿਸੋਰਸ ਕਿਹੜੇ ਹੁੰਦੇ ਆ, ਉਹ ਰਿਸੋਰਸਿਸ ਜਿਹੜੇ ਕੀ ਹੁੰਦੇ ਆ, ਜਿਹੜੇ ਜੀਵਿਤ ਚੀਜ਼ਾਂ ਦੇ ਵਿੱਚ ਪਾਏ ਜਾਂਦੇ ਆ, ਜਿਵੇਂ ਕਿ ਸਾਡੇ ਪਲਾਂਟਸ ਹੋ ਗਏ, ਹਿਊਮਨ ਬੀਇੰਗਸ ਹੋ ਗਏ, ਤਾਂ ਉਹਨਾਂ ਚੀਜ਼ਾਂ ਵਿੱਚ ਪਾਏ ਜਾਂਦੇ ਆ, ਤਾਂ ਉਹਨਾਂ ਨੂੰ ਅਸੀਂ ਕਿਹੜੇ ਰਿਸੋਰਸ ਕਹਿੰਦੇ ਹਾਂ, ਬਾਇਓਟਿਕ ਰਿਸੋਰਸ ਕਹਿੰਦੇ ਆ। ਵੈਸੇ ਰਿਸੋਰਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਦੋ ਤਰ੍ਹਾਂ ਦੇ, ਐਬੋਟਿਕ ਅਤੇ ਬਾਇਓਟਿਕ। ਐਬੋਟਿਕ ਰਿਸੋਰਸ ਜਿਹੜੇ ਕਿ ਨੋਨ ਲਿਵਿੰਗ ਥਿੰਗਸ ਦੇ ਵਿੱਚ ਪਾਏ ਜਾਂਦੇ ਆ, ਅਤੇ ਬਾਇਓਟਿਕ ਜਿਹੜੇ ਹੁੰਦੇ ਆ ਉਹ ਕਿਹਦੇ ਵਿੱਚ ਪਾਏ ਜਾਂਦੇ ਆ, ਲਿਵਿੰਗ ਔਰਗਨਿਜ਼ਮ ਦੇ ਵਿੱਚ। ਅਤੇ ਯਾਦ ਰੱਖਣਾ, ਤਾਂ ਹੁਣ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਬਣੇਗਾ ਉਹ ਕਿਹੜਾ ਬਣੇਗਾ, ਪਲਾਂਟਸ। ਤਾਂ ਪਲਾਂਟਸ ਜਿਹੜਾ ਸਾਡਾ ਰਾਈਟ ਆਨਸਰ ਆਊਗਾ, ਵੀ ਜਿੱਥੇ ਕੀ ਆ ਬਾਇਓਟਿਕ ਰਿਸੋਰਸਿਸ ਜ਼ਿਆਦਾ ਮੇਜਰ ਹੁੰਦੇ ਆ, ਰੌਕਸ ਮਿਨਰਲਸ ਅਤੇ ਹਿਲਸੇ ਕੀ ਨੇ ਨੋਨ ਲਿਵਿੰਗ ਥਿੰਗਸ ਦੇ ਵਿੱਚ, ਜਾਣੀ ਕਿ ਬਾਇਓਟਿਕ ਰਿਸੋਰਸ ਦੇ ਵਿੱਚ ਆ ਜਾਣਗੇ। ਉਸ ਤੋਂ ਬਾਅਦ ਹੈ ਔਨ ਦੀ ਬੇਸਿਸ ਆਫ ਦੀ ਕਲਾਸੀਫਿਕੇਸ਼ਨ ਆਫ ਰਿਸੋਰਸਿਸ, ਰਿਸੋਰਸਿਸ ਨੂੰ ਕਿਵੇਂ ਵੰਡਿਆ ਜਾ ਸਕਦਾ ਵਾ, ਲਾਈਫ ਦੇ ਅਕੋਰਡਿੰਗ, ਅਚੀਵਮੈਂਟ ਦੇ ਅਕੋਰਡਿੰਗ, ਯੂਜ਼ ਦੇ ਅਕੋਰਡਿੰਗ। ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਤਿੰਨੀ ਰਿਸੋਰਸਿਸ ਦੇ ਅਕੋਰਡਿੰਗ ਵੰਡਿਆ ਜਾ ਸਕਦਾ, ਜਾਣੀ ਕਿ ਰਾਈਟ ਆਨਸਰ ਹੋਏਗਾ ਡੀ ਆਲ ਆਫ ਦੀ ਅਬਵ, ਜਾਣੀ ਕਿ ਲਾਈਫ ਦੇ ਅਕੋਰਡਿੰਗ ਵਰਤ ਸਕਦੇ ਹਾਂ ਅਸੀਂ ਉਹਨੂੰ, ਅਚੀਵਮੈਂਟਸ ਦੇ ਅਕੋਰਡਿੰਗ ਵੰਡ ਸਕਦੇ ਹਾਂ, ਅਤੇ ਯੂਜ਼ ਦੇ ਅਕੋਰਡਿੰਗ ਉਹਨੂੰ ਵੰਡਿਆ ਜਾ ਸਕਦਾ। ਨੈਕਸਟ ਹੈ ਸਾਡੇ ਕੋਲ ਵਿਚ ਇਜ਼ ਦੀ ਆਰ ਨੋਟ ਟਰਮਸ ਆਫ ਟੂ ਦੀ ਆਰ ਹਿਊਮਨ ਰਿਸੋਰਸ, ਉਹ ਕਿਹੜਾ ਵਾ ਜਿਹੜਾ ਇਹਦੇ ਵਿੱਚ ਹਿਊਮਨ ਰਿਸੋਰਸ ਦੇ ਵਿੱਚ ਉਹ ਚੀਜ਼ ਨਹੀਂ ਹੁੰਦੀ ਹੈਗੀ, ਠੀਕ ਹੈ ਜੀ। ਤਾਂ ਦੇਖਣ ਵਾਲੀ ਗੱਲ ਆ, ਜਿਹੜੇ ਸਾਡੇ ਹਿਊਮਨ ਬੀਇੰਗਸ ਨੇ ਉਹਨਾਂ ਵਿੱਚ ਨੌਲੇਜ ਵੀ ਹੁੰਦੀ ਆ, ਐਫੀਸ਼ੈਂਸੀ ਵੀ ਹੁੰਦੀ ਆ, ਐਫੀਸ਼ੈਂਸੀ ਦਾ ਮਤਲਬ ਕੁਸ਼ਲਤਾ ਕੰਮ ਕਰਨ ਦੀ, ਅਤੇ ਉਸ ਤੋਂ ਬਾਅਦ ਇੰਟੈਲੀਜੈਂਸੀ ਵੀ ਹੁੰਦੀ ਆ, ਬਟ ਟ੍ਰਾਂਸਪੇਰੈਂਸੀ ਨਹੀਂ ਹੁੰਦੀ, ਪਾਰਦਰਸ਼ਿਤਾ ਨਹੀਂ ਹੁੰਦੀ, ਅਸੀਂ ਇੱਕ ਹਿਊਮਨ ਬੀਇੰਗਸ ਦੇ ਆਲੇ ਦੁਆਲੇ ਨਹੀਂ ਦੇਖ ਸਕਦੇ ਜਾਂ ਉਹਦੇ ਆਰ ਪਾਰ ਨਹੀਂ ਦੇਖ ਸਕਦੇ, ਕਿਉਂਕਿ ਉਹ ਕੀ ਨੇ, ਇੱਕ ਲਿਵਿੰਗ ਥਿੰਗਸ ਨੇ, ਤਾਂ ਉਹਨਾਂ ਦਾ ਵੇਟ ਆ, ਵੇਟ ਚੀਜ਼ ਦੇ ਵਿੱਚੋਂ ਕਦੇ ਵੀ ਟ੍ਰਾਂਸਪੇਰੈਂਟਡ ਨਹੀਂ ਹੁੰਦੀਆਂ, ਉਹਦੇ ਆਰ ਪਾਰ ਨਹੀਂ ਦੇਖਿਆ ਜਾ ਸਕਦਾ, ਤਾਂ ਇਹਦਾ ਰਾਈਟ ਆਨਸਰ ਆਏਗਾ ਟ੍ਰਾਂਸਪੇਰੈਂਟਡ ਡੀ। ਉਸ ਤੋਂ ਬਾਅਦ ਹੈ ਵਿਚ ਆਫ ਦੀ ਫੋਲੋਇੰਗ ਇਜ਼ ਦਾ ਐਨਵੋਟਿਕਲਸ ਰਿਸੋਰਸ, ਐਨਵੋਟਿਕਲ ਰਿਸੋਰਸ ਕਿਹੜੇ ਨੇ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਵਾ। ਦੈਨ ਉਸ ਤੋਂ ਬਾਅਦ ਜਿਹੜਾ ਵਾ ਤੁਸੀਂ ਦੱਸਣਾ ਵਾ ਏਅਰ ਜਾਂ ਵਾਟਰ, ਕੋਲ ਜਾਂ ਕਾਪਰ, ਆਇਰਨ ਜਾਂ ਔਰਨ ਜਾਂ ਯੂਰੇਨੀਅਮ, ਇਹ ਜਿਹੜੇ ਤੁਸੀਂ ਮੈਨੂੰ ਇਹਦੇ ਵਿੱਚੋਂ ਆਨਸਰ ਕਰਕੇ ਦੱਸਣਾ ਵਾ, ਅਤੇ ਇਸ ਚੀਜ਼ ਦਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਵਾ। ਉਸ ਤੋਂ ਬਾਅਦ ਹੈ ਨੈਗਰ ਕੋਲਿਨ
इज द फेमस फॉर, ये भी जो आंसर आओ मैं कमेंट बॉक्स के करना हो कि ज़्यादातर यूज़ किया जाता वा, कोल माइनिंग विंड मिल्स के सोलर एनर्जी के ऑयल रिफाइनरी के, तो मैंने जरूर कमेंट बॉक्स के मेरे दसना वा। नैक्सट हैगा वा साढ़े को फिलिंग दी ब्लैंक्स डैश रिसोर्सिज आर ड्राइविड फ्रॉम टू दी आर गिविंग थिंग्स, तो असी यदा भी आंसर दसना वा भी कि अजे रिसोर्स ने जोड़े कि लिविंग थिंग्स के पाए जाते हैं, ज उस रिसोर्स में की कहा जाता वा। वैसे मैं ये बारे तो फस्ट भी एक्सप्लेन किया तो आंसर भी मैं नाल दी नाल दसना वा। उस तो बाद है लोकलाइज्ड रिसोर्सिज आर फाउंड ओनली इन डैश प्लेस, तो यदा भी आंसर दसना भी जो लोकलाइज जो सा रिसोर्स होंगे कि प्लेस के उत्ते मिलते हैं, तो वह आंसर भी मैं दसना वा। उस तो बाद है एग्जाम्पल ऑफ टू दियर ह्यूमन रिसोर्सिज इज, जे ह्यूमन रिसोर्स ने एग्जाम्पल्स ने, तो वह भी मैं दसना वा। दैन हैगा एनीथिंग दैट टू दियर सर्टिफाइड टू दियर ह्यूमन नीड्स इज कॉल्ड, भी जेडे साडे ह्यूमन बॉन्ड्स नीड्स जो फुलफिल करते हैं तो वह कि थिंग्स ने जो कि रिसोर्स ने, तो मैं कमेंट बॉक्स के दसना वा। नैक्सट हैगा वा नॉन लिविंग रिसोर्सिज आर कॉल्ड ए डैश रिसोर्स, ये बारे भी मैं तुम दस्या भी जो नॉन लिविंग रिसोर्स होंगे उन्होंने की नाम लेके कहा जाता वा, तो वह आंसर भी मैंने कमेंट बॉक्स के करने। उस तो बाद है सोर्स सोलर एंड विंड एनर्जी इज दी आ आंसर ऑफ दी आ रिन्यूएबल रिसोर्सिज इज आ ट्रू और फॉल्स, भी जेडे सोलर ते विंड एनर्जी आ कि वह रिन्यूएबल जाने कि उन्हें दोबारा बनाया जा सकता वो वाले रिसोर्स ने, ट्रू या फॉल्स ये मैं आंसर करना। दैन उस तो बाद है इनवायरमेंटल मीनस सैट ऑफ टू दियर सराउंडिंग, भी जो इनवायरमेंट का मतलब की है भी जो साढ़े आले दुआले जड़िया चीज़ें ने कि यह ट्रू है कि फॉल्स है, ये भी आंसर करना वा। उस तो बाद है रिसोर्सिज आर जनरली क्लासीफाइड इन टू दियर टू पार्ट, भी जोड़े साढ़े रिसोर्स ने ज़्यादातर दो पार्ट्स के वंडे गए हैं, इज इट ट्रू और फॉल्स, यदा भी आंसर करना। उस तो बाद है लैंड यूज टू दियर डिपेंड्स अपॉन टू दियर लीफ स्लोप्स एंड सोयल, इज इट ट्रू और फॉल्स, भी जी लैंड आते तापमान ज स्लोप जो मिट्टी के अकॉर्डिंग उन्होंने की असं वरत सकते हैं। उस तो बाद है कोल एंड पेट्रोलियम्स आर नॉट बायोटिक रिसोर्सिज, भी जेडे पेट्रोलियम तो कोला सॉरी पेट्रोलियम तो कोला जोड़ा वा वह कि बायोटिक रिसोर्स है कि नहीं, यदा भी आंसर मैंने कमेंट बॉक्स के करना वा। तो इन्हों के आंसर जोड़े ने मैं तुम्हें लास्ट जाने कि ये बाद नैक्सट सैशन बनेगा अज कल या परसों जो भी बनाऊंगा, तो वह आंसर जोड़े ने उस मिलने नैक्सट रिविजन टैसट के लिए नैक्सट चैप्टर के जोड़े क्वेश्चन ने दिए जाएंगे, तो उन्होंने रिवाइज़ करना तो उन्होंने आंसर करने हैं, तो यदि आंसर की जी मैं तुम्हें नैक्सट वीडियो जरूर दूंगा, तो वीडियो के नाल जुड़े रहना वा। तो वंस अगेन हैप्पी न्यू ईयर टू ऑल माई स्टूडेंट्स एंड विद माई को पार्टनर स्टडी टाइम ट्यूशन सेंटर, एंड आई विल ऑल्सो बी आ विश यू वेरी हैप्पी न्यू ईयर टू यू एंड यू विल बी आ मेक्स एंड अचीव यूर गोल्स इन यूर फ्यूचर एंड ट्राई टू बी अचीव यूर गोल्स एंड इनक्रीज यूर नॉलेज विद दी हेल्प ऑफ दी ऑनलाइन स्टडीज विच आर प्रोवाइडेड बाई मी एंड अदर्स टीचर्स, सो यू मस्ट बी आर सपोर्टिंग दैम एंड ऑल्सो प्रोवाइडिंग your valuable comments on my comment box, and also I will show your five first student which has been giving their right answers on my comment box, I will also show their names in my next video, so you must be commenting all the students on this video and give your answers and reviews regarding my video. Thanks a lot for watching for my session.